ਆਮੀਆਂ ਕੁੰਵਰ ਦੁਆਰਾ ਸੰਪਾਦਿਤ ਪੁਸਤਕ ਆਂਆਂ ਨੇ ਯਾਦਾਂ ਤੇਰੀਆਂ ਦੇ ਲੇਖ ਹੈ ਅਮਰਤਾ ਪ੍ਰੀਤਮ ਪੰਜਾਬੀ ਭਾਸ਼ਾ ਦਾ ਸੱਜਰਾ ਬਿੰਬ ਲੇਖਕ ਦੀਪਤੀ ਨਵਲ ਸ਼ਾਇਦ 1978-79 ਦੀ ਗੱਲ ਹੈ ਫਿਲਮੀ ਦੁਨੀਆ ਚ ਨਵੀਂ-ਨਵੀਂ ਦਾਖਲ ਹੋਈ ਸਾਂ ਮੁੰਬਈ ਬਾਸੂ ਪੱਟਾਚਾਰੀਆ ਨਾਲ ਮੁਲਾਕਾਤ ਹੋਈ ਲੰਮੀ ਵਾਲ ਤੇ ਬੁੱਡੀਆਂ-ਵੱਡੀਆਂ ਅੱਖਾਂ ਵਾਲੀ ਇਹ ਕੁੜੀ ਬਾਸੂ ਨੂੰ ਅਮਰਤਾ ਦੇ ਨਾਵਲ ਨਾਗਮਣੀ ਹਿੰਦੀ ਚ ਪੰਜਾਬੀ ਚ ਚੱਕ ਨੰਬਰ 36 ਉੱਤੇ ਫਿਲਮ ਬਣਾਉਣ ਲਈ ਨਾਇਕਾ ਦੇ ਤੌਰ ਤੇ ਪੂਰੀ ਤਰ੍ਹਾਂ ਟੁਕਵੀਂ ਲੱਗੀ। ਨਾਇਕ ਕੁਮਾਰ ਜੋ ਚિતਤਰਕਾਰ ਹੈ ਦਾ ਰੋਲ ਉਹ ਗੁਲਜ਼ਾਰ ਤੋਂ ਕਰਵਾਉਣਾ ਚਾਹੁੰਦੇ ਸਨ। 바ਸੂ ਦਾ ਨਾਲ ਹੀ ਦਿੱਲੀ છોਰੇ ਇੱਕ ਫਿਲਮ ਫੰਕਸ਼ਨ ਵਿੱਚ ਸ਼ਿਰਕਤ ਕਰਨ ਲਈ ਆਈ ਸਾਂ। ਇੱਕ ਦਿਨ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਅਮਰਤਾ ਪ੍ਰੀਤਮ ਨਾਲ ਮਿਲਵਾਉਣਾ ਚਾਹੁੰਦਾ ਤਾਂ ਕਿ ਉਹਨੂੰ ਪਤਾ ਚੱਲੇ ਕਿ ਉਹ ਕੁੜੀ ਕੌਣ ਹੈ। ਜੋਦੀ ਨਾਵਲ ਦੀ ਨਾਇਕਾ ਅਲਕਾ ਦਾ ਕਿਰਦਾਰ ਨਿਭਾਰੀ ਅਸੀਂ ਖਾਜ ਖਾਸ ਪਹੁੰਚੇ 임ਰੋਜ਼ ਜੀ ਸਾਨੂੰ ਜੀ ਆਇਆਂ ਕਹ ਅਮ੍ਰਿਤਾ ਜੀ ਦੇ ਕਮਰੇ ਚ ਲੈ ਗਏ ਬਹੁਤੀ ਨਾਜ਼ੁਕ ਜਈ ਮਦਰੇ ਕੱਦ ਦੀ ਖੂਬਸੂਰਤ ਔਰਤ ਬਿਸਤਰ ਤੇ ਢਿੱਡੀ ਹੋ ਕੇ ਬੈਠੀ ਹੋਈ ਪੈਰ ਸਾਹਮਣੇ ਲਮਕਾਏ ਹੋਏ ਖੱਬੇ ਪਾਸੇ ਨਿੱਕਾ ਜਿਹਾ ਘੱਟ ਚੌੜਾ ਦੀਵਾਨ ਕੰਧ ਨਾਲ ਲੱਗਿਆ ਹੋਇਆ ਉਸੇ ਤੇ ਮੈਂ ਬੈਠ ਗਈ ਬਾਸੂ ਦਾ ਸਾਹਮਣੇ ਮੂੜੇ ਤੇ ਬੈਠ ਗਏ ਅਮਰਤਾ ਜੀ ਦੇ ਹੱਥ ਵਿੱਚ ਕੋਈ ਨੋਟ ਪੈਡ ਸੀ ਕੁਝ ਗੱਲਾਂ ਹੋਈਆਂ ਵਿਚਾਰ ਵਟਾਂਦਰਾ ਹੋਇਆ ਅਗਲੇ ਸਾਲ ਕਵਿਤਾ ਉਤਸਵ ਸ਼ੁਰੂ ਹੋਇਆ ਮੈਂ ਫੇਰ ਅਮਰਤਾ ਜੀ ਦੇ ਘਰ ਸਾਂ ਬਾਸੂ ਦਾ ਵੀ ਨਾਲ ਸਨ ਇਹ ਜਨਵਰੀ 1980 ਦਾ ਦੌਰ ਸੀ ਪੈਨੋਰਾਮਾ ਚ ਚਾਰ ਪੰਜ ਵੇਰ ਮੇਰੀ ਆਫੀਸ਼ੀਅਲ ਐਂਟਰੀ ਹੋ ਚੁੱਕੀ ਸੀ ਬਾਸੂ ਜੀ ਨੇ ਅਮਰਤਾ ਹੋਰਾਂ ਨੂੰ ਦੱਸਿਆ ਕਿ ਇਹ ਕੁੜੀ ਕਵਿਤਾ ਵੀ ਲਿਖਦੀ ਹੈ ਕਵਿਤਾ ਨੂੰ ਬਹੁਤ ਪਸੰਦ ਕਰਦੀ ਹੈ ਅਮਰਤਾ ਜੀ ਨੇ ਕਿਹਾ ਫਿਰ ਮੈਨੂੰ ਪੜ੍ਹ ਕੇ ਸੁਣਾ ਪਹਿਲੀ ਮੁਲਾਕਾਤ ਵਿੱਚ ਮੈਂ ਕੁਝ ਨਹੀਂ ਲਿਖ ਕੇ ਗਈ ਸੀ ਪਰ ਹੁਣ ਮੇਰੇ ਕੋਲ ਮੇਰੀ ਹੱਥ ਲਿਖਤ ਡਾਇਰੀ ਸੀ ਉਦੋਂ ਲੈਪਟਾਪ ਜਾਈ ਮੇਲ ਜਿਆ ਤਾਂ ਕੁਝ ਨਹੀਂ ਸੀ ਮੈਂ ਉਸ ਡਾਇਰੀ 'ਚੋਂ ਕਵਿਤਾ ਸੁਣਾਉਣੀਆਂ ਸ਼ੁਰੂ ਕੀਤੀਆਂ ਕਹਿਣ ਲੱਗੇ ਤੇਰੀ ਇਮੇਜਰੀ ਤਾਂ ਬਹੁਤ ਵਧੀਆ ਹੈ ਤੂੰ ਪੰਜਾਬੀ 'ਚ ਲਿਖਿਆ ਕਰ ਮੈਂ ਕਿਹਾ ਮੈਨੂੰ ਨਹੀਂ ਆਉਂਦੀ ਹਾਲਾਂਕਿ ਅੰਮ੍ਰਿਤਸਰ ਦੀ ਜੰਪਲ ਹਾਂ ਪਰ ਨਿਊਯਾਰਕ ਪੜਨ ਚਲੀ ਗਈ ਤੇ ਅਸੀਂ ਹੋਰ ਤਰ੍ਹਾਂ ਦੀ ਪੰਜਾਬੀ ਬੋਲਦੇ ਆਂ ਸੰਬਰੀ ਜਈ ਉਪਰੀ ਜਈ ਇਹ ਠੇਠ ਪੰਜਾਬੀ ਮੈਨੂੰ ਨਹੀਂ ਆਉਂਦੀ ਸੀ ਇੰਨੀ ਅਮੀਰ ਪੰਜਾਬੀ ਉਹਨਾਂ ਦਾ ਕਹਿਣਾ ਸੀ ਪੰਜਾਬੀ ਸਿੱਖ ਪੰਜਾਬੀ ਚ ਲਿਖ ਸਾਨੂੰ ਅਜਈਆਂ ਕੁੜੀਆਂ ਦੀ ਲੋੜ ਹੈ ਜੋ ਪੰਜਾਬੀ ਚ ਆਪਣਾ ਅਨੁਭਵ ਦਰਜ ਕਰਨ ਪਰ ਮੈਂ ਉਹਨਾਂ ਦੀ ਇਸ ਨਸੀਹਤ ਦਾ ਨੂੰ ਸਰਨ ਨਹੀਂ ਕਰ ਸਕੀ ਦਰਅਸਲ ਅੰਮ੍ਰਿਤਸਰ ਦੀ ਪੰਜਾਬੀ ਮੈਨੂੰ ਬਹੁਤ ਖਰਵੀ ਲੱਗਦੀ ਸੀ ਉਥੇ ਅਕਸਰ ਪੰਜਾਬੀ ਦੇ ਮਾੜੇ ਲਫ਼ਜ਼ਾਂ ਦੀ ਵਰਤੋਂ ਕਰਦੇ ਮੁੰਡੇ ਛੇੜਛਾੜ ਜਾਂਦੇ। ਉਦੋਂ ਇੰਨੀ ਹਿੰਮਤ ਵੀ ਨਹੀਂ ਸੀ ਕਿ ਉਹਨਾਂ ਨੂੰ ਮੋੜਵਾਂ ਜਵਾਬ ਦੇ ਸਕੇ। ਸੋ ਪੰਜਾਬੀ ਭਾਸ਼ਾ ਤੇ ਪੰਜਾਬੀ ਲੋਕਾਂ ਤੋਂ ਹੀ ਉਦਾਸ ਸੀਨ ਹੋ ਗਈ। ਸੋਚਿਆ ਕਿਸੇ ਪੰਜਾਬੀ ਨਾਲ ਵਿਆਹ ਤਾਂ ਬਿਲਕੁਲ ਨਹੀਂ ਕਰਾਉਣਾ। ਪਰ ਅਮਰਤਾ ਦੇ ਮੂੰਹੋਂ ਪੰਜਾਬੀ ਸੁਣ ਪਹਿਲਾ ਪ੍ਰਭਾਵ ਹੀ ਪਿਆ ਕਿ ਇਹ ਜੋ ਪੰਜਾਬੀ ਬੋਲਦੀ ਹੈ ਮਿਠਾਸ ਨਾਲ ਭਰੀ ਲੱਗਦੀ ਹੈ। ਇਹ ਕਿਹੜੀ ਪੰਜਾਬੀ ਹੈ ਜੋ ਇੰਨੀ ਮਿੱਠੀ ਲੱਗਦੀ ਹੈ ਇੰਨੇ ਪਿਆਰ ਨਾਲ ਬੋਲਦੀ ਹੈ ਜਿਵੇਂ ਇਹ ਜ਼ੁਬਾਨ ਇਹਨੇ ਖੁਦ ਘੜੀ ਹੋਵੇ ਜਿਵੇਂ ਉਹਦੀ ਸਿਰਜਕ ਹੋਵੇ ਉਦੋਂ ਮੈਨੂੰ ਪੰਜਾਬੀ ਜ਼ੁਬਾਨ ਨੂੰ ਨਵੀਂ ਨਜ਼ਰ ਨਾਲ ਵੇਖਣਾ ਪਿਆ ਫਿਰ ਮੈਂ ਜਦ ਵੀ ਦਿੱਲੀ ਜਾਵਾਂ ਅਮ੍ਰਿਤਾ ਜੀ ਨੂੰ ਮਿਲਾਂ ਉਹ ਸਿਗਰਟ ਪੀਂਦੇ ਆ ਹਰ ਵਿਸ਼ੇ ਤੇ ਗੱਲ ਕਰਦੇ ਅੱਖਾਂ ਸਕੋੜ ਕੇ ਐਨਕਾਂ ਚੋਂ ਤਿਰਛੀ ਨਜ਼ਰ ਨਾਲ ਮੈਨੂੰ ਵੇਖਦੇ ਤੇ ਵਿਚਾਰ ਸਾਂਝੇ ਕਰਦੇ ਮੇਰਾ ਨਹੀਂ ਖਿਆਲ ਕਿ ਕਦੀ ਅਜੇ ਆ ਹੋਇਆ ਹੋਵੇ ਕਿ ਮੈਂ ਦਿੱਲੀ ਜਾਵਾਂ ਤੇ ਅਮਰਤਾ ਜੀ ਦੇ ਦਰਸ਼ਨ ਨਾ ਕਰਾਂ ਉਹਨਾਂ ਨਾਲ ਬੈਠ ਕੇ ਦੋ ਚਾਰ ਗੱਲਾਂ ਨਾ ਸਾਂਝੀਆਂ ਕੀਤੀਆਂ ਹੋਣ ਜ਼ਿੰਦਗੀ ਨੂੰ ਉਹਦੇ ਅਨੁਭਵਾਂ ਨੂੰ ਉਹਨਾਂ ਨਾਲ ਨਾ ਵੰਡਿਆ ਹੋਵੇ ਇੱਕ ਵੇਰ ਉਹਨਾਂ ਨੇ ਚਾਹਿਆ ਸੀ ਕਿ ਸੁਪਨਿਆਂ ਬਾਰੇ ਲਿਖਾਂ ਪਰ ਉਸ ਵੇਲੇ ਦੇ ਮੇਰੇ ਸੁਪਨੇ ਕੋਈ ਮਿੱਠੇ ਸੁਪਨੇ ਨਹੀਂ ਸਨ ਉਹ ਕਾਲਾ ਦੌਰ ਸੀ ਨਾਈਟ ਵਾਰ ਦਾ ਬਹੁਤ ਤੰਗ ਕਰਦੇ ਸੁਪਨੇ ਸਨ ਇਹ 1980 ਦਾ ਆਖਰੀ ਸਮਾਂ ਸੀ ਮੈਂ ਬਹੁਤ ਪਰੇਸ਼ਾਨ ਤੇ ਸਵੈ ਚੇਤਨਸਾਂ ਕਿ ਕੁਝ ਵੀ ਜ਼ਾਹਿਰ ਕਰਨ ਦਾ ਜੇਰਾ ਨਹੀਂ ਸੀ ਹੁਣ ਤਾਂ ਕਾਫੀ ਪਰਪੱਕ ਹੋ ਗਈਆਂ ਬਹੁਤ ਕੁਝ ਕਹਿ ਲੈਨੀ ਆ ਬੋਲ ਲੈਨੀ ਆ ਪਰ ਉਦੋਂ ਨਵੀਂ-ਨਵੀਂ ਸੀ ਉਸ ਹਨੇਰੀ ਨੁੱਕੜ ਨੂੰ ਜ਼ਾਹਿਰ ਕਰਨ ਦੀ ਹਿੰਮਤ ਨਹੀਂ ਸੀ ਉਸ ਸੁਪਨੇ ਪਿਆਰੇ ਵੀ ਤਾਂ ਨਹੀਂ ਸਨ ਡਿਸਟਰਬਿੰਗ ਪਰਛਾਵੇਂ ਪਰ ਕਾਸ਼ ਕਿ ਮੈਂ ਉਹਨਾਂ ਦੀ ਗੱਲ ਸੁਣ ਲਈ ਹੁੰਦੀ ਕਾਸ਼ ਉਹਨਾਂ ਦੇ ਰਸਾਲੇ ਦੇ ਇਸ ਪ੍ਰੋਜੈਕਟ ਵਿੱਚ ਮੇਰਾ ਕੁਝ ਕੰਟਰੀਬਿਊਸ਼ਨ ਹੁੰਦਾ ਕਾਸ਼ ਮੈਂ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕੀਤੀ ਹੁੰਦੀ ਤੀਜੀ ਜਾਂ ਚੌਥੀ ਮੁਲਾਕਾਤ ਵਿੱਚ ਉਹਨਾਂ ਰਸੀਦੀ ਟਿਕਟ ਤੋਹਫੇ ਵਜੋਂ ਦਿੱਤੀ ਹਾਂ ਸੱਚ ਇੱਕ ਹੋਰ ਪੱਖੋਂ ਮੈਂ ਉਹਨਾਂ ਦਾ ਸ਼ੁਕਰਾਨਾ ਕਰਦੀ ਹਾਂ ਜਨਵਰੀ 1980 ਵਿੱਚ ਮੈਂ 4-5 ਦਿਨ ਲਈ ਦਿੱਲੀ ਗਈ ਸੀ। ਅਮਰਤਾ ਜੀ ਨੇ ਆਪਣੇ ਇੱਕ ਪ੍ਰਕਾਸ਼ਕ ਪਰਾਗ ਪ੍ਰਕਾਸ਼ਨ ਨੂੰ ਫੋਨ ਕਰਕੇ ਕਿਹਾ ਕਿ ਕੁੜੀ ਬਹੁਤ ਵਧੀਆ ਲਿਖਦੀ ਹੈ। ਇਹਦੀ ਇਮੇਜਰੀ ਵੀ ਸਜਰੀ ਹੈ। ਬਹੁਤ ਸ਼ਫਾਫ ਹੈ। 4-5 ਦਿਨ ਇੱਥੇ ਹੈ। ਤੁਸੀਂ ਇਹਦੀ ਕਿਤਾਬ ਛਾਪ ਦਿਓ। ਪਰਾਗ ਪ੍ਰਕਾਸ਼ਨ ਵਾਲੇ ਆਏ। ਅਮਰਤਾ ਜੀ ਦੇ ਕਮਰੇ 'ਚ ਹੀ ਸਾਡੀ ਗੱਲ ਹੋਈ। ਦ੍ਰਿਸ਼ ਉਹੀ ਪੁਰਾਣਾ। ਅਮਰਤਾ ਜੀ ਬਿਸਤਰ ਤੇ ਢੋਲਾ ਕੇ ਬੈਠੇ। ਮੈਂ ਦੀਵਾਨ ਤੇ ਮੂੜੇ ਤੇ ਬਾਸੂ ਦਾ ਦੇ ਉਹ ਪ੍ਰਕਾਸ਼ਕ ਦੀ ਥਾਂ ਉਹ ਪ੍ਰਕਾਸ਼ਕ ਖੁੱਲ ਕੇ ਗੱਲਾਂ ਹੋਈਆਂ ਉਹਨਾਂ ਪੁੱਛਿਆ ਕਿੰਨੀਆਂ ਕਵਿਤਾਵਾਂ ਹੋ ਗਈਆਂ ਮੈਂ ਕਿਹਾ 40-45 ਦੇ ਕਰੀਬ ਨਿਊਯਾਰਕ ਚ ਪੜਦੀ ਸਾਂ ਤਾਂ ਮੈਂ ਸੋਚਿਆ ਆਪਣੀ ਜ਼ੁਬਾਨ ਚ ਲਿਖਾਂ ਅੰਗਰੇਜ਼ੀ ਛੱਡੂ ਉਰਦੂ ਚ ਲਿਖਣ ਨੂੰ ਤਰਜੀਹ ਦਿੱਤੀ ਮੈਨੂੰ ਲਾਹੌਰੀ ਉਰਦੂ ਬਹੁਤ ਪਸੰਦ ਹੈ ਮੈਂ ਇਸੇ ਚ ਲਿਖਣਾ ਪਸੰਦ ਕਰਾਂਗੀ ਕਹਿਣ ਲੱਗੀ 70 ਕਵਿਤਾਵਾਂ ਹੋ ਜਾਣ ਤਾਂ ਮੈਂ ਇਸੇ ਸਾਲ ਤੁਹਾਡੀ ਕਿਤਾਬ ਸ਼ਾਇਆ ਕਰ ਦਿਆਂਗੀ ਉਸੇ ਸਾਲ ਮੈਂ ਕੁਝ ਦਿਨਾਂ ਲਈ ਨਗਰ ਚਲੀ ਗਈ ਮਨਾਲੀ ਤੁਰਤਾ ਤੋਂ ਪਹਿਲਾਂ ਹਿਮਾਚਲ ਦਾ ਪਹਾੜੀ ਇਲਾਕਾ ਏ ਮੇਰੇ ਨਾਲ ਮੇਰੀ ਕੇਅਰ ਟੇਕਰ ਰਮਾ ਸੀ ਉੱਥੇ ਮੈਂ 24-25 ਕਵਿਤਾਵਾਂ ਹੋਰ ਲਿਖੀਆਂ ਤੇ 1981 ਚ ਮੇਰਾ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋ ਕੇ ਆ ਗਿਆ ਇਹ ਅਮ੍ਰਿਤਾ ਜੀ ਦੀ ਬਦੌਲਤ ਹੀ ਹੋਇਆ ਅਸੀਂ ਫੋਨ ਤੇ ਅਕਸਰ ਗੁਫ਼ਤਗੂ ਕਰਦੇ ਮੈਂ ਉਹਨਾਂ ਨੂੰ ਕਈ ਵੇਰ ਕੋਈ ਨਵੀਂ ਕਵਿਤਾ ਸੁਣਾਉਂਦੀ ਸੀ ਉਹ ਮੈਨੂੰ ਉਤਸ਼ਾਹਿਤ ਕਰਦੇ ਰਹਿੰਦੇ ਹੌਲੀ-ਹੌਲੀ ਮੈਂ ਫਿਲਮਾਂ 'ਚ ਮਸਰੂਫ ਹੁੰਦੀ ਗਈ ਉਰਦੂ ਛਾੜ ਅੰਗਰੇਜ਼ੀ 'ਚ ਲਿਖਣਾ ਸ਼ੁਰੂ ਕਰ ਦਿੱਤਾ ਫਿਲਮਾਂ 'ਚ ਮਸਰੂਫ ਹੋਣ ਦੇ ਬਾਵਜੂਦ ਅਜੇ ਕਦੀ ਨਹੀਂ ਹੋਇਆ ਕਿ ਮੈਂ ਦਿੱਲੀ ਗਈ ਹੋਵਾਂ ਤੇ ਉਹਨਾਂ ਨੂੰ ਮਿਲਣ ਖੁੰਝ ਗਈ ਇੱਕ ਮੁਲਾਕਾਤ ਨਾਟਕ ਵੀ ਮੇਰੀ ਝੋਲੀ 'ਚ ਇਵੇਂ ਹੀ ਪਿਆ ਕੁਝ ਚੀਜ਼ਾਂ ਤੁਹਾਡੀਆਂ ਬੱਝੀਆਂ ਬਣੀਆਂ ਹੁੰਦੀਆਂ ਹਨ ਉਹਨਾਂ ਨਾਲ ਅਸੀਂ ਜੁੜੇ ਹੁੰਦੇ ਹਾਂ ਜਾਂ ਕਿਸੇ ਤਰ੍ਹਾਂ ਜੁੜ ਜਾਂਦੇ ਹਾਂ ਫਿਰ ਉਸੇ ਚੋਂ ਕੋਈ ਨਾ ਕੋਈ ਚੀਜ਼ ਨਿਕਲਦੀ ਹੈ ਜਿਵੇਂ ਕਵਿਤਾ ਨਿਕਲਦੀ ਹੈ ਉਵੇਂ ਇਹ ਪਲੇ ਨਿਕਲਿਆ ਕੋਈ ਡੋਰ ਤਾਂ ਬੱਝੀ ਹੋਈ ਸੀ ਮੇਰੀ ਅਖੀਰਲੀ ਮੁਲਾਕਾਤ 2004 ਦੀ ਸੀ ਜਨਵਰੀ ਦਾ ਮਹੀਨਾ ਦਿੱਲੀ ਫਿਲਮ ਫੈਸਟੀਵਲ ਸੀ ਪਾਕਿਸਤਾਨ ਸਮੇਂ ਦਾ ਪੀਰ ਜ਼ਾਦਾ ਤੋਂ ਮਸ਼ਹੂਰ ਅਦਾਕਾਰ ਉਸਮਾਨ ਪੀਰ ਜ਼ਾਦਾ ਆਇਆ ਸਨ ਉਹ ਉੱਥੇ ਰਫੀ ਥੀਏਟਰ ਚਲਾਉਂਦੇ ਹਨ ਉਹਨਾਂ ਨੇ ਕਿਹਾ ਉਹ ਦੋ ਬੰਦਿਆਂ ਨੂੰ ਮਿਲਣਾ ਚਾਹੁੰਦੇ ਸਨ ਅਮਰਤਾ ਪ੍ਰੀਤਮ ਤੇ ਖੁਸ਼ਵੰਤ ਸਿੰਘ ਨੂੰ ਮੈਂ ਹੀ ਦੋਹਾਂ ਨੂੰ ਮਿਲਵਾਉਣਾ ਸੀ ਸੋ ਜਨਵਰੀ 2004 ਚ ਮੈਂ ਉਹਨਾਂ ਨਾਲ ਅਮਰਤਾ ਜੀ ਦੇ ਘਰ ਗਈ 임ਰੋਜ ਜੀ ਸਾਨੂੰ ਘਰ ਦੀ ਛੱਤ ਤੇ ਲੈ ਗਏ ਇਥੇ ਜਿੱਥੇ ਮੰਜੀ ਤੇ ਬੈਠੀ ਉਹ ਧੁੱਪ ਸੇਕ ਰਹੀ ਸੀ ਸ਼ਾਲ ਵਲੇਟਿਆ ਹੋਇਆ ਲੱਗ ਰਿਹਾ ਸੀ ਕਿ ਤਬੀਅਤ ਕੁਝ ਠੀਕ ਨਹੀਂ ਮੈਂ ਅਮਰਤਾ ਜੀ ਨੂੰ ਕਿਹਾ ਕਿ ਇਹ ਤੁਹਾਡੇ ਨਾਲ ਤਸਵੀਰ ਲੈਣਾ ਚਾਹੁੰਦੇ ਹਨ ਪਰ ਉਹਨਾਂ ਨੇ ਨਾ ਕਰ ਦਿੱਤੀ ਉਸ ਵੇਲੇ ਮੈਂ ਨੋਟਿਸ ਕੀਤਾ ਕਿ ਇੱਕ ਵੱਡਾ ਜਿਹਾ ਮੌਕਾ ਉਹਨਾਂ ਦੇ ਚਿਹਰੇ ਤੇ ਸੀ ਜੋ ਪਹਿਲਾਂ ਕਦੇ ਮੇਰੇ ਧਿਆਨ 'ਚ ਨਹੀਂ ਆਇਆ ਉਹਨਾਂ ਦੇ ਮਨਾਂ ਕਰਨ ਤੇ ਮੈਂ ਉਹਨਾਂ ਦੀ ਤਸਵੀਰ ਨਹੀਂ ਲਈ ਉਹਨਾਂ ਦੀ ਗੱਲ ਦਾ ਮਾਣ ਰੱਖਣਾ ਤਾਂ ਬੰਦਾ ਹੀ ਸੀ ਆਖਿਰ ਉਹਨਾਂ ਨੇ ਹੀ ਤਾਂ ਮੈਨੂੰ ਆਪਣੀ ਮਾਤ ਭਾਸ਼ਾ ਨਾਲ ਇਸ਼ਕ ਕਰਨਾ ਸਿਖਾਇਆ ਸੀ ਤੇ ਪੰਜਾਬੀਅਤ ਪ੍ਰਤੀ ਦਹਿਸ਼ਤ ਵੀ ਮੇਰੇ ਅੰਦਰੋਂ ਕੱਢੀ ਸੀ ਨਹੀਂ ਤਾਂ ਬਚਪਨ ਤੋਂ ਸੋਚਿਆ ਕਰਦੀ ਸਾਂ ਕਦੇ ਕਿਸੇ ਪੰਜਾਬੀ ਨਾਲ ਮੁਹੱਬਤ ਨਹੀਂ ਕਰਨੀ ਵਿਆਹ ਤਾਂ ਬਿਲਕੁਲ ਵੀ ਨਹੀਂ ਇੱਕ ਵੇਰ ਮੈਂ ਉਹਨਾਂ ਨੂੰ ਮਿਲਣ ਹੌਜ ਖਾਸ ਗਈ ਪਰ ਉਹ ਘਰ ਨਹੀਂ ਸਨ ਸ਼ਾਇਦ ਡਾਕਟਰ ਵੱਲ ਗਏ ਸਨ ਜਾਂ ਮੈਂ ਮਿਲ ਨਾ ਸਕੇ ਪਰ ਉਹਨਾਂ ਦੀ ਸ਼ਖਸੀਅਤ ਦਾ ਇਹ ਜਾਦੂਈ ਪ੍ਰਭਾਵ ਸੀ ਕਿ ਇੱਕ ਨਿੱਕੀ ਜੀ ਕਵਿਤਾ ਨੇ ਜਨਮ ਲਿਆ ਜੋ ਕਾਵ ਸੰਗ੍ਰਹਿ ਅੱਖਰਾਂ ਦੀ ਝਾਈ ਚ ਸੰਕਲਿਤ ਹੈ ਧੰਨਵਾਦ